अस्सलाम वालेकुम दोस्तों क्या हाल है ठीक हो तबीयत ठीक है तबीयत ठीक है सिया ठीक है नहीं नीयत ठीक है नी का, -का मिल बंदी पी है माड़े थे, सामने बिजली बत्ती की वजह तू पता नहीं क्या था, क्या थी ठीक सारी मिल बंद कर दीते ने हूं चौबी घंटे बाद चले सो पता नहीं और पहली को क्या थी दे थे, क्या नहीं थी ना हालात यार बहु माड़े नू आ थी तो मस्त दंड बदा

ਅੱਛਾ ਕੇ ਚਲੋ ਠੀਕ ਹੈ ਤੁਸੀਂ ਤੁਸੀਂ ਮਰਦੀ ਕਰੋ ਆਪ ਦੀ ਉਹ ਰੱਖੀ ਰਹੇ ਗਏ ਰੱਖੀ ਰਹੇ ਗਏ ਡੇਢ ਦੂ ਮਹੀਨਾ ਰੱਖੇ ਨੇ ਕਪਾਹ ਰਹਿਡ 12 ਤੋਂ 8 ਦੇ ਆ ਗਏ ਵੱਲ ਪੁੱਛੇ ਨਾ ਭਾਈ ਹੁਣ ਵਾਲੀ ਚੁੱਪ ਵੱਲ ਗੂ ਇੱਕ ਕਣੇ ਦਾ ਰਹਿ ਦੇਖੋ ਕਣੇ ਉਹ ਡਰੇ ਨੇ ਵੇਚਾਈ 1700 ਦੇ 16 1700 ਦੇ ਹੁਣ ਥੇ ਗੜੀ 5000 ਰਾਇਡ ਇਹ ਅਗਰ ਜਿਵੇਂ ਕਪਾਹ ਕੋ ਰੱਖੀ ਰਹੇ ਗਏ ਨੂੰ ਹੁਣੇ ਅਗੂ ਰੱਖਣ ਕਣੇ ਕੋ ਡੇਢ ਦੂ ਮਹੀਨਾ ਤੇ ਇਹਦਾ ਰੇਟ ਵਧਣ ਹੈ ਜਾਂ ਘਟਣ ਹੈ ਦੱਸੋ ਮੈਂ ਦੇਖੋ ਇੱਕ ਗੱਲ ਸਾਂਜ ਮੇਰੀ ਇੱਕ ਗੱਲ ਨੋਟ ਕਰ ਗੈਂ ਹਾਂ ਇਹ ਹੁਣ ਪਿਛਲੀ ਹਕੂਮਤ ਜਿਹੜੀ Imran Khan ਦੀ ਹੈ ਨਾ ਇਹ ਲੋਕ ਪਤਾ ਹੀ ਕੀ ਆਧਿਆਨ ਆਧਿਆਨ ਇਹ ਆਇਤੀ ਮਹਿੰਗਾਈ ਕਰ ਦਿੱਤੀ ਤੇ ਫਲਾਨ ਲੋਕਾਂ ਨੂੰ ਲੱਗ ਕਲ ਗਈ ਹੈ ਇਹ ਮਹਿੰਗਾਈ ਜਿਹੜੀ ਕੀਤੀ ਹੈ ਨਾ ਉਹ ਉਹ ਕਹਣਾ ਕੀਤੀ ਉਹ ਆਲਮੀ ਮਹਿੰਗਾਈ ਹੈ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਕਰਨੇ ਦੀ وجہ ਤੋਂ ਹੈ

ਕਈ ਕਣੋਂ ਝੋ ਉਦੀ ਪੁਰਹੀ ਨੀਤੀ ਦੀ ਕਈ ਕਣੋਂ ਰੋਟੀ ਦੀ 25 ਰੁਪਏ ਦੀ ਰੋਟੀ થઈ ਕੜੀ ਬਿਲਕੁਲ ਬਿਲਕੁਲ ਹੀ ਮੈਂ ਸਾਲਾਂ ਨੂੰ ਇਤਨਾ ਮਹਾਂਗਾ ਥੀ ਕਿ ਕਾ ਕਿਆ ਕਰੂ ਹਾਲਾਤ ਇਹ ਬੜੇ ਪੈਂਡ ਕਰਨੇ ਜਿਹੜਾ ਲੱਤੀ ਇਨਾ ਤੇ ਇਹ ਨੇ ਹਕੂਮਤ ਆਖਿਆ ਭਈ 25 ਮਣ ਬੰਦਾ ਰੱਖ ਸਕਦੇ ਘਰ ਦੇ ਵਿੱਚ ਉਹ ਤੋਂ ਵੱਧ ਕੋਈ ਰੱਖਿਆ ਹੋ ਕੋ ਜੁਰਮਾਨਾ ਲੱਗਸੀ ਜਿਹੜੇ ਮਾੜੇ ਮੋੜਿਆਂ ਨੂੰ ਨੇ ਕਾਟ ਛੋੜੇ ਜਿਹੜੇ ਤਕੜੇ ਬੰਦੇ ਆਨੂੰ ਨੇ ਰੱਖੀ ਰਾਇਗੇ ਉਹਨੇ ਅਗੇ ਸਾਰਾ ਗਾਉਂ ਨੇ ਦੇ ਕੌਣ ਕੁਝ ਕਰੇ ਸੀ ਅੱਲਾ ਹਾਫਿਜ਼